ਕੋਲ ਤੁਮਾ ਥੋੜ੍ਹਾ ਸੌਵੇ ਥੋੜ੍ਹਾ ਹੀ ਖਾਵੇ। ਤੁਮਾਰੇ ਭਾਈ ਗੁਰਦਾਸ ਜੀ ਦੱਸ ਰਹੇ ਨੇ, ਜਿਹਨੂੰ ਕਹਿੰਦੇ ਕੁੰਜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਨਾਂ ਲਿਖਿਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਲਿਖਾਇਆ, ਗੁਰੂ ਅਰਜਨ ਦੇਵ ਜੀ ਲਿਖਾ, ਉਹਨਾਂ ਦੇ ਵਾਕ ਮਨ ਨੂੰ ਕੰਟਰੋਲ ਕਰਨ ਵਾਸਤੇ ਤਾਂ ਭਾਈ ਗੁਰਮੁਖ ਇਹੋ ਹੀ ਆ ਨੀਂਦ ਨੂੰ ਜਾਂ ਖਾਣ ਨੂੰ। ਹਾਂ ਭਾਈ, ਤੁਸੀਂ ਜਿੰਨੀ ਨੀਂਦ ਆਉਂਦੀ ਆ ਤੁਹਾਨੂੰ, ਕਈਆਂ ਨੂੰ ਤਾਂ ਐਸੀ ਕੰਸਨਟ੍ਰੇਸ਼ਨ ਹੁੰਦੀ ਆ ਕਿ ਦੋ ਚਾਰ ਘੰਟਿਆਂ 'ਚ ਹੀ ਉਹਨਾਂ ਦਾ ਨੀਂਦ ਪੂਰੀ ਹੋ ਜਾਂਦੀ ਆ, ਅਤੇ ਕਈਆਂ ਨੂੰ ਜਿਹੜੀ ਚਿੰਤਾ ਲੱਗ ਜਾਂਦੀ ਆ ਪਾਸੇ ਮਾਰ ਮਾਰ ਕੇ 12 ਘੰਟੇ ਵਿੱਚ ਵੀ ਉਹਨਾਂ ਨੂੰ ਉਹ ਥਕਾਵਟ ਦੂਰ ਨਹੀਂ ਹੁੰਦੀ ਸਰੀਰ ਦੀ, ਜਿਹੜੀ ਕਿ ਗੁਰਮੁਖਾਂ ਨੂੰ ਨਾਮ ਬਣ ਜਪਣ ਵਾਲ ਨੂੰ 3-4 ਘੰਟੇ 'ਚ ਹੀ ਆ ਜਾਂਦੀ ਆ ਉਹ। ਅਤੇ ਇਹ ਹੁੰਦਾ ਕਿ ਤੁਹਾਡਾ ਮਨ ਕਿੰਨਾ ਤਗੜਾ ਆ, ਕਿੰਨਾ ਸਟਰੋਂਗ ਆ, ਦੁਨੀਆਂ ਵਿੱਚ ਨਹੀਂ ਜ਼ਿਆਦਾ ਪਰਮਾਤਮਾ ਜੁੜਿਆ, ਪਰਮਾਤਮਾ ਨੂੰ ਕੋਈ ਨੀਂਦ ਨਹੀਂ ਹੈ, ਜਿਹੜ ਪਰਮਾਤਮਾ ਜੁੜਿਆ ਉਹਨੂੰ ਵੀ ਨੀਂਦ ਨਹੀਂ ਹੈ, ਉਹ ਵੀ ਉਨਾ ਸੁਣਦਾ ਉਹਦੇ ਹੱਠੇ ਪੈਰ ਉੱਤੇ, ਜਿਹੜਾ ਪਰਮਾਤਮਾ ਦੇ ਨਾਮ 'ਚ ਲੱਗਾ ਹੋਇਆ ਉਹਨੂੰ ਨਾ ਦੁਨੀਆਂ ਦਾ ਕੋਈ ਖਿਆਲ ਆਉਂਦਾ, ਨਾ ਦੁਨੀਆਂ ਦੇ ਕੋਈ ਚਿੰਤਾ ਆਉਂਦੀ ਆ, ਨਾ ਉਹ ਜੋ ਆਨੰਦਮਈ ਸਰੂਪ 'ਚ ਹੁੰਦਾ ਉਹ ਨੀਂਦ ਨਾਲ ਵੀ ਚੰਗਾ ਹੁੰਦਾ, ਨੀਂਦ ਤੋਂ ਵੀ ਉੱਠਿਆ ਹੁੰਦਾ, ਸੌਵੇਂ ਜਾਂ ਨਾ ਸੌਵੇਂ ਹਾਂਜੀ ਉਹਦੇ ਲਈ ਕੋਈ ਇਹ ਨਹੀਂ। ਮਗਰ ਅਸੀਂ ਜਿਹੜੇ ਗ੍ਰਿਸਤੀ ਆਦਮੀ ਸੌਂਦੇ, ਆਪਣਾ ਦੁਨਿਆਵੀ ਆਦਮੀ ਆ, ਉਹ ਵੀ ਸਾਨੂੰ ਜਦ ਚਿੰਤਾ ਜ਼ਿਆਦਾ ਹੋਏ ਤਾਂ ਭਾਵੇਂ 12 ਘੰਟੇ ਸੌਵੇਂ ਹੋ ਤਾਂ ਵੀ ਉਹਦੀ ਨੀਂਦ ਨਹੀਂ ਪੂਰੀ ਹੁੰਦੀ। ਅਤੇ ਜੇ ਅਸੀਂ ਪਰਮਾਤਮਾ ਚੜ੍ਹਾਂਗੇ ਰਾਤ ਨੂੰ ਕੀਰਤਨ ਸੋਹਲਾ ਕਰਕੇ ਸੁਣਦੇ ਹਾਂ, ਇਸੇ ਕਰਕੇ ਸੁਣਦੇ ਹਾਂ ਕਿ ਸਾਨੂੰ ਹੁਣ ਮਾੜੇ ਖਿਆਲ ਨਾ ਆਉਣ, ਜੇ ਮਾੜੇ ਖਿਆਲ ਨਾ ਆਉਣਗੇ ਦੁਨੀਆਂ ਦੇ ਖਿਆਲ ਨਾ ਆਉਣਗੇ ਨੀਂਦ ਚੰਗੀ ਆ ਜਾਏਗੀ। ਚਿੰਤਾ ਕਰਕੇ ਨੀਂਦ ਨਹੀਂ ਆਉਂਦੀ, ਅਤੇ ਚਿੰਤਾ ਛੱਡਣ ਵਾਸਤੇ ਬਾਣੀ ਨਾਲ ਜੁੜਨਾ, ਅਤੇ ਬਾਣੀ ਨਾਲ ਜੁੜਾਂਗੇ ਚਿੰਤਾ ਛੱਡਾਂਗੇ ਗੁਰਮੁਖੋ ਨੀਂਦ ਵੀ ਤੁਹਾਨੂੰ ਚੰਗੀ ਆਏਗੀ ਔਰ ਥੋੜ੍ਹੇ ਸਮੇਂ ਦੇ ਵਿੱਚ ਤੁਹਾਡਾ ਆਰਾਮ ਹੋ ਜਾਏਗਾ। ਕਈ ਆਦਮੀ 10 ਘੰਟੇ ਸੌਂ ਕੇ ਉਹਨਾਂ ਆਰਾਮ ਨਹੀਂ ਹੁੰਦਾ, ਕਈਆਂ ਨੂੰ 3-4 ਘੰਟੇ 'ਚ ਹੀ ਆਰਾਮ ਹੋ ਜਾਂਦਾ, ਜਿਹੜੇ ਨਾਮ ਬਾਣੀ ਜਪਦੇ। ਸੰਤ ਜੀ ਮਹਾਰਾਜ ਥੋੜ੍ਹਾ ਹੀ ਸੌਂਦੇ ਹੁੰਦੇ ਸੀ, ਬਹੁਤ ਘੱਟ ਸੌਂਦੇ, ਕਈ ਤਾਂ ਸੌਂਦੇ ਹੀ ਨਹੀਂ ਹੁੰਦੇ, ਜਿਹੜੇ ਮਹਾਂਪੁਰਖ ਕਈ ਸਮਾਧੀ ਲਾਉਂਦੇ ਸੌਂਦੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਉਹਦੇ 'ਚ ਹੀ ਆਨੰਦ ਆ। ਇਸ ਕਰਕੇ ਸੌਣ ਦਾ ਸੰਬੰਧ ਜਿਹੜਾ ਆਪਣੇ ਮਨ ਦੇ ਨਾਲ ਆ, ਜਿੰਨਾ ਮਨ ਪਰਮਾਤਮਾ ਨਾਲ ਉੱਚਾ ਹੋਏਗਾ, ਵਿਲ ਪਾਵਰ ਸਟਰੋਂਗ ਹੋਏਗੀ, ਉਹਨਾਂ ਨੂੰ ਨੀਂਦ ਥੋੜ੍ਹੀ ਆਏਗੀ। ਮਹਾਰਾਜ ਨੇ ਲਿਖਿਆ, ਮਹਾਰਾਜ ਦੱਸਦੇ ਨੇ, ਅਲਪਹਾਰ ਸਰੂਪ ਸੀ ਨਿੰਦਰਾ ਦਿਆ ਸਮਾਨਤਾ ਪ੍ਰੀਤ, ਯਾਨੀ ਕਿ ਅਲਪਹਾਰ ਸਰੂਪ ਸੀ ਨਿੰਦਰਾ, ਮਤਲਬ ਤੁਹਾਡਾ ਖਾਣਾ ਵੀ ਜਿਹੜਾ ਆ ਉਨਾ ਖਾਓ ਜਿੰਨਾ ਕਿ ਸਰੀਰ ਨੂੰ ਚਾਹੀਦਾ, ਸਵਾਦਾਂ ਨਾਲ ਨਾ ਖਾਓ। ਸਵਾਦਾਂ ਨਾਲ ਖਾਣ ਵਾਲਾ ਆਦਮੀ ਬਿਮਾਰ ਵੀ ਹੁੰਦਾ, ਕਿ ਸਵਾਦਾਂ ਨਾਲ ਖਾਈ ਜਾਂਦਾ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਮਹਾਰਾਜ ਨੇ ਸਵਾਦ ਵੀ ਦੱਸਦੇ। ਮੋਹ ਮੈਂ ਅਟੈਚਮੈਂਟ ਪਿਆਰ ਕਰਨੇ ਹਨ ਦੁਨੀਆਂ ਦੀ ਚੀਜ਼ ਨਾਲ, ਚਾਹੇ ਧੀਆਂ ਪੁੱਤਰਾਂ ਨਾਲ ਪਿਆਰ ਕਰਨੇ ਆ, ਚਾਹੇ ਮਕਾਨਾਂ ਨਾਲ ਵਿੱਚ ਦੁਨੀਆਂ ਪੈਸੇ ਨਾਲ ਦੌਲਤ ਨਾਲ ਪਿਆਰ ਕਰਨੇ ਆ। ਮੋਹ ਜੇਤਾ ਮੋਹ ਪ੍ਰੀਤ ਮੈਂ ਪਿਆਰ, ਜੇਤਾ ਮੋਹ ਪ੍ਰੀਤ ਸਵਾਦ, ਸਵਾਦ ਮੈਂ ਜ਼ਬਾਨ ਦਾ ਰਸ, ਸਭਾ ਕਾਲਖ ਦਾਗਾ ਦਾਗ, ਕਹਿੰਦੇ ਸਾਰੀ ਕਾਲਖ ਲੱਗ ਜਾਂਦੀ ਆ, ਪਰਮਾਤਮਾ ਨਾਲ ਨਹੀਂ ਮਿਲ ਸਕਦਾ। ਉਹ ਕਹਿੰਦੇ ਗੁਰਮੋਹ ਇਹ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕਰਨੀ ਤਿਆਗ ਕੇ, ਇਹ ਤਾਂਹੀਓ ਤਿਆਗਿਆ ਜਾਂਦੀ ਪ੍ਰੇਮ ਨਾਲ ਬਾਣੀ ਪੜ੍ਹਾਂਗੇ, ਨਾਮ ਜਪਾਂਗੇ ਔਰ ਚੰਗੇ ਪੁਰਸ਼ਾਂ ਦੀ ਸੰਗਤ ਕਰਾਂਗੇ, ਜਿਹੜੇ ਇਹਦੇ ਵਿੱਚ ਚਲੇ ਹੋਏ ਨੇ ਗਾਂਹ ਰਸਤੇ ਚੱਲ ਕੇ, ਆਪਣਾ ਮਨ ਜਿਹਨਾਂ ਨੇ ਕਾਬੂ ਕਰ ਲਿਆ। ਮਨ ਜੀਤੇ ਜਗ ਜੀਤ, ਮਹਾਰਾਜ ਕਮਾਲ ਕਰ, ਜੇ ਮਨ ਨੂੰ ਤੂੰ ਜਿੱਤ ਲਏਗਾ ਸੰਸਾਰ ਨੂੰ ਜਿੱਤ ਲਏਗਾ, ਮਨ ਦਾ ਹੀ ਸਾਰਾ ਪਸਾੜਾ। ਗੁਰਮੁਖ ਇਹ ਮਨ ਤਾਂ ਹੀ ਆਉਂਦਾ ਕਾਬੂ,
ਜੇ ਕਿਸੇ ਚੰਗੇ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ ਜਿਹਨਾਂ ਨੇ ਮਨ ਕਾਬੂ ਕੀਤਾ ਹੁੰਦਾ, ਗੁਰਬਾਣੀ ਦੀ ਸੰਗਤ ਕਰੀਏ, ਗੁਰਬਾਣੀ ਜੋ ਕਹਿੰਦੀ ਹੈ ਉਹਨਾਂ ਅੰਦਰ ਵਸਾਈਏ, ਇਹ ਤਾਂ ਮਨ ਠੀਕ। ਬਾਕੀ ਜਿੱਥੋਂ ਕਹਿੰਦੇ ਨੇ ਕਿ ਕਿਆ ਆ ਬਾਜ਼ਾਰਾਂ ਬਾਜ਼ਾਰਾਂ ਤੋਂ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਸਿੱਧੀ ਗੱਲ ਹੈ, ਖਾਣਾ ਜਾਂ ਨਾ ਖਾਣਾ ਤੁਹਾਡਾ ਸਵਾਦ ਸਵਾਦੂ ਨਹੀਂ ਹੋਣਾ ਚਾਹੀਦਾ ਆਦਮੀ ਆਦਮੀ ਸਵਾਦ ਕਰਕੇ ਕਿਤੇ ਨਾ ਖਾਵੇ, ਸਿਰਫ ਆਪਣੀ ਬਾਡੀ ਨੂੰ ਆਪਣੇ ਸਰੀਰ ਨੂੰ ਠੀਕ ਰੱਖਣਗਾ, ਜਿੰਨੇ ਉਹਨੂੰ ਭੋਜਨ ਚਾਹੀਦਾ ਉਹ 'ਚ ਕਰੇ। ਉਹ 'ਚ ਕਹਿ ਕੇ ਮੈਂ ਸਰੀਰ ਨੂੰ ਠੀਕ ਰੱਖਣਾ, ਸਵਾਦਾਂ ਨਾਲ ਨਾ ਖਾਏ। ਮਹਾਰਾਜ ਮੈਂ ਉਹਨਾਂ ਨੇ ਦੱਸਿਆ ਦਿੱਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਦਾ, ਮਹਾਰਾਜ ਨੇ ਸਵਾਦ ਨੂੰ ਵੀ ਕਾਲਖ ਦੱਸਿਆ। ਅਤੇ ਮਤਲਬ ਸਵਾਦਾ ਸਵਾਦੂ ਨਹੀਂ ਬਣਨਾ ਆਪਣਾ, ਅਸੀਂ ਖਾਣਾ ਜੋ ਹੈ ਬਾਹਰੋਂ ਜਿਹੜਾ ਖਾਣਾ ਆ ਉਹਦੇ 'ਚ ਕਈ ਤਾਂ ਕੋਈ ਜੰਕ ਹੁੰਦਾ, ਕਈ ਇਹੋ ਜਿਹੀ ਬਣਾਈ ਜਾਂਦਾ ਆਪਣੇ ਤਰੀਕੇ ਨਾਲ ਉਹਨਾਂ ਨਾਲ ਆਪਣਾ ਕਮਾਉਣ ਵਾਸਤੇ ਬਣਾਈ ਹੁੰਦੀਆਂ ਚੀਜ਼ਾਂ ਚੀਜ਼ਾਂ ਆਪਣਾ ਪੈਸੇ ਉਹਨਾਂ ਦੇ ਵਿੱਚ ਕੀ ਆਪਣਾ ਸਵਾਦ ਪਾ ਪਊ ਕਿ ਇਹੋ ਜਿਹੇ ਬਣਾਏ ਹੁੰਦੇ ਨੇ ਤਾਂ ਸਵਾਦੂ ਬਣ ਜਾਂਦਾ। ਇਸ ਕਰਕੇ ਬਾਹਰੋਂ ਜਿਹੜਾ ਖਾਣਾ ਆ ਉਹ ਨਾ ਤਾਂ ਹੈਲਥੀ ਹੁੰਦਾ, ਨਾ ਸਰੀਰ ਲਈ ਚੰਗਾ ਹੁੰਦਾ, ਨਾ ਮਨ ਲਈ ਚੰਗਾ ਹੁੰਦਾ। ਮਨ ਵਿਕਾਰਾਂ ਨਹੀਂ ਜਾਂਦਾ, ਬਾਹਰੋਂ ਚੰਗੇ ਚੰਗੇ ਚਰਪੜੀਆਂ ਚੀਜ਼ਾਂ ਖਾਂਦੇ ਹਾਂ, ਦੂਸਰੇ ਖਾਂਦੇ ਹਾਂ। ਬਾਕੀ ਭਾਈ ਕਿ ਠੀਕ ਹੈ ਕਿ ਤੁਸੀਂ ਸਾਦਾ ਖਾਓ, ਸਾਦਾ ਰਹੋ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਬੜੀ ਅੱਛੀ ਥਿਊਰੀ ਹੈ। ਇਸ ਕਰਕੇ ਬਾਹਰੋਂ ਜਿੱਥੋਂ ਤੱਕ ਹੋ ਸਕੇ, ਬਾਹਰੋਂ ਉਦੋਂ ਖਾਏ ਜਦੋਂ ਕੋਈ ਨਾ ਕੋਈ ਚੀਜ਼ ਮਿਲੇ, ਕਿਤੇ ਟੂਰ 'ਤੇ ਗਿਆ ਹੋਏ, ਦੂਸਰਾ ਕਿਤੇ ਆਏ, ਉਹ ਉਸ ਵੇਲੇ ਸ਼ੱਕ ਬਾਹਰੋਂ ਖਾਏ। ਜੇ ਘਰ ਹੋਵੇ ਤਾਂ ਘਰ ਦੇ ਵਿੱਚੋਂ ਫਿਰ ਬਾਹਰੋਂ ਕਿਉਂ ਬਾਜ਼ਾਰ 'ਚੋਂ ਖਾਏ? ਘਰ ਦਾ ਜੋ ਬਣਾਉਣਾ ਬਣਾਏ, ਚੰਗਾ ਬਣੇਗਾ, ਨੇਕ ਅੱਛਾ ਬਣੇਗਾ, ਸਾਫ਼ ਸੁਥਰਾ ਬਣੇਗਾ। ਬਾਹਰ ਪਤਾ ਨਹੀਂ ਕੀ ਸਵਾਦਾਂ ਪਾਏ ਹੁੰਦੇ ਨੇ, ਕੀ ਕੁਛ ਪਾਇਆ ਹੁੰਦਾ। ਇਸ ਕਰਕੇ ਜਿੱਥੋਂ ਤੱਕ ਹੋ ਸਕੇ ਗ੍ਰਸਤੀ ਆਦਮੀ ਘਰ ਦੇ ਵਿੱਚ ਆਪਣੇ ਘਰੋਂ ਹੀ ਖਾਏ, ਬੱਚਿਆਂ ਨੂੰ ਵੀ ਘਰੋਂ ਹੀ ਖਾਏ। ਬੱਚਿਆਂ ਜਾ ਕੇ ਹੋਟਲਾਂ 'ਚ ਖਵਾਉਣ ਨਾਲ ਬੱਚੇ ਵਿਗੜ ਜਾਂਦੇ, ਸਭ ਕੰਮ ਖਰਾਬ ਹੋ ਜਾਂਦਾ। ਇਸ ਕਰਕੇ ਆਪਣੇ ਘਰਾਂ 'ਚੋਂ ਖਾਣਾ ਚੰਗਾ, ਬਾਜ਼ਾਰ 'ਚੋਂ ਨਹੀਂ ਖਾਣਾ ਚਾਹੀਦਾ। ਜਿਹੜਾ ਤੁਹਾਡਾ ਖਾਣਾ ਹੈ ਨਾ, ਸਵਾਦ ਇਹ ਤਾਂ ਘੱਟਦੇ ਨੇ ਜੇ ਤੁਹਾਡਾ ਪ੍ਰੇਮ ਬਾਣੀ ਨਾਲ ਜੁੜੇ। ਜੇ ਬਾਣੀ ਨਾਲ ਪ੍ਰੇਮ ਜੁੜ ਗਿਆ ਤਾਂ ਫਿਰ ਸਾਹਮਣੇ ਜੋ ਆਏਗਾ ਭਾਵੇਂ ਕੁਛ ਵੀ ਆਏ ਉਹ ਤੁਸੀਂ ਉਹ ਖਾ ਲਓਗੇ, ਬੜੇ ਪ੍ਰੇਮ ਨਾਲ ਖਾ ਲਓਗੇ। ਜਦੋਂ ਤੁਹਾਡੇ 'ਚ ਇਹ ਹੋਇਆ, ਇੱਕ ਬੜੀ ਸੋਹਣੀ ਸਾਖੀ ਆਉਂਦੀ ਹੈ, ਸੰਜੀ ਮਹਾਰਾਜ ਕਿਸੇ ਦੇ ਘਰ ਗਏ, ਆਪਣਾ ਪ੍ਰਸ਼ਾਦਾ ਉਸਨੇ ਬੁਲਾਇਆ ਅਤੇ ਹੋਰ ਵੀ ਉਹਨਾਂ ਦੇ ਨਾਲ ਆਦਮੀ ਸੀ ਜਾਂ ਉਹਨਾਂ ਸੇਵਾਦਾਰ, ਤਾਂ ਕੁਦਰਤੀ ਉਹਨਾਂ ਨੇ ਖੀਰ ਬਣਾਈ। ਖੀਰ 'ਚ ਮਿੱਠਾ ਪਾਉਣਾ ਭੁੱਲ ਕੇ ਨਹੀਂ, ਉਹਨਾਂ ਨੇ ਨਮਕ ਪਾ ਦਿੱਤਾ ਸਹਿ ਸਵਾਏ, ਤਾਂ ਸੰਜੀ ਮਹਾਰਾਜ ਦਾ ਬੜੇ ਪ੍ਰੇਮ ਨਾਲ ਖਾ ਲਿਆ। ਉਹਨਾਂ ਨੇ ਮਹਾਰਾਜ ਬਣਾਇਆ ਵੀ ਇਸਨੇ ਇਹਨੇ ਸ਼ਰਧਾ ਪ੍ਰੇਮ ਨਾਲ ਬਣਾਇਆ। ਮੈਂ ਕਿਉਂ ਦੇਖਾ ਵੀ ਜੇ ਮਿੱਠਾ ਨਹੀਂ ਹੈ ਤਾਂ ਜਾਂ ਇਹਦੇ 'ਚ ਨਮਕ ਪਾਇਆ ਜਾਂ ਕਿਸ, ਬਾਕੀ ਤਾਂ ਜਿਹੜੇ ਉਹ ਨੂੰ ਮੂੰਹ ਨੱਕਰ ਵੱਟਣ ਲੱਗ ਪਏ, ਕਿਸੇ ਨੇ ਇੱਕ ਚਮਚਾ ਖਾਧਾ ਦੂਸਰੇ ਤਾਂ ਢਾ ਦੇ ਗਏ ਦੋ ਚਮਚੇ, ਜਿਹੜੇ ਖਾਣੇ ਤੋਂ ਬਾਅਦ ਸਾਂਝੀ ਮਹਾਰਾਜ ਸਾਰਿਆਂ ਨੂੰ ਝਾੜਿਆ। ਕਹਿੰਦੇ ਮੂਰਖ ਉਸਨੇ ਤਾਂ ਪ੍ਰੇਮ ਨਾਲ ਲਿਆਂਦਾ, ਆਪਣਾ ਭੁੱਲ ਕੇ ਕਿਤੇ ਉਹ ਮਿੱਠੇ ਦੀ ਜਗ੍ਹਾ ਲੂਣ ਪਾ ਬੈਠੀ। ਆਪਾਂ ਉਹਦੇ ਪ੍ਰੇਮ ਦੇਖਣਾ ਕਿ ਅਸੀਂ ਸਵਾਦ ਦੇਖਣੀ, ਸਵਾਦੂ ਨਹੀਂ ਬਣਨਾ। ਜੇ ਸਵਾਦੂ ਬਣਾਂਗੇ ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਦਾ, ਸਵਾਦੂ ਆਦਮੀ ਫਿਰ ਮਾਤਮ ਮਾਰਗ ਤਾਂ ਨਹੀਂ ਚੱਲ ਸਕਦਾ, ਗੁਰਮਤ ਮਾਰਗ ਤਾਂ ਨਹੀਂ ਚੱਲਦਾ। ਇਹ ਸੰਤਾਂ ਤਾਂ ਸੀ ਮਹਾਰਾਜ ਨੇ ਤਾੜਿਆ ਸੀ, ਫਿਰ ਜੋ ਆਏ ਸਾਹਮਣੇ ਰੁੱਖੀ ਮਿੱਠੀ ਚੁੱਕੀ ਉਹ ਪ੍ਰੇਮ ਨਾਲ ਜਗੇ। ਇਹ ਸੱਚੇ ਪਾਤਸ਼ਾਹ ਤੇਰੀ ਪ੍ਰਸ਼ਾਦ ਆ, ਤੇਰਾ ਪ੍ਰਸ਼ਾਦ ਸਮਝ ਕੇ ਚੱਗਾ। ਉਹ ਘਰ ਵਾਲਿਆਂ ਤਾਂ ਪ੍ਰੇਮ ਨਾਲ ਉਡਾਉਂਦੇ ਨੇ,
ਆਪਾਂ ਆਪਾਂ ਸਵਾਦੂ ਨਹੀਂ ਕੰਮ ਬਣਨਾ। ਇਹ ਸਭ ਤੋਂ ਵੱਡੀ ਗੱਲ ਹੈ, ਜਿਸ ਨੇ ਸਵਾਦ ਛੱਡੇ ਉਹਦਾ ਧਿਆਨ ਪ੍ਰੇਮ ਗੁਰੂ ਨਾਲ ਲੱਗਾ। ਜੇ ਉਹ ਤਾਂ ਸਵਾਦਾਂ 'ਚ ਆ, ਉਹ ਤਾਂ ਗੁਰੂ ਨਾਲ ਨਹੀਂ ਲੱਗ ਸਕਦਾ। ਗੁਰਮੁਖੋ, ਜੋ ਖਾਣਾ ਕੀ 'ਚ ਕਿੰਨਾ ਚਾਹੀਦਾ? ਮੈਂ ਤਾਂ ਕਹਿੰਦਾ ਜਿੰਨਾ ਥੋੜ੍ਹਾ ਖਾ ਸਕਦੇ ਉਨਾ ਖਾਓ। ਭਾਈ ਗੁਰਦਾਸ ਜੀ ਕਹਿੰਦਾ ਹਾਂ ਤਾਂ ਸਕੋਲ ਕਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਓ। ਅਲਪਹਾਰ ਸਰੂਪ ਸੇ ਨਿੰਦਰਾ ਦਿਆ ਸਮਾਨਤਾ ਵਿਪਰੀਤ, ਅਲਪਹਾਰ ਥੋੜ੍ਹਾ ਖਾਣਾ, ਜਿੰਨਾ ਥੋੜ੍ਹਾ ਖਾਓਗੇ ਬਿਮਾਰੀਆਂ ਘੱਟ ਲੱਗਣਗੀਆਂ, ਡਾਈਜੈਸ਼ਨ ਤੁਹਾਡੀ ਚੰਗੀ ਹੋਏਗੀ, ਔਰ ਤੁਹਾਡਾ ਸਰੀਰ ਵੀ ਠੀਕ ਰਹੇਗਾ। ਇਸ ਕਰਕੇ ਜਿੰਨਾ ਬਹੁਤਾ ਖਾਵਾਂਗੇ ਅਸੀਂ ਸਵਾਦੂ ਬਣਨਗੇ, ਖਾਣ ਦੇ ਵਿੱਚ ਪਿਆਰਾਂਗੇ, ਕੋਈ ਕੰਮ ਨਹੀਂ ਚੰਗਾ ਕਰ ਸਕਦੇ, ਦੰਦ ਦੁਨਿਆ ਵੀ ਕੰਮ ਚੰਗਾ ਕਰ ਸਕਾਂਗੇ, ਨਾ ਹੀ ਆਪਣਾ ਪਰਮਾਤਮਾ ਦਾ ਕੰਮ ਚੰਗਾ ਕਰਾਂਗੇ। ਇਸ ਕਰਕੇ ਖਾਣ ਦੇ ਨਾਲ ਬੜਾ ਤਵਲਕ ਹੈ, ਇਹ ਖਾਣਾ ਥੋੜ੍ਹਾ, ਇਹ ਕੀ ਖਾਂਦੇ ਤੁਸੀਂ, ਸਵਾਦਾਂ 'ਚ ਨਹੀਂ ਪੈਣਾ। ਇਹ ਦੋ ਚੀਜ਼ਾਂ ਅਗਰ ਖਾਂਦੀਆਂ, ਤਾਮਸੀ ਖੁਰਾਕ ਨਹੀਂ ਖਾਣੀ, ਮੀਟ ਅੰਡਾ ਦੂਸਰਾ ਵਗੈਰਾ, ਇਹ ਖਾਣ ਨਾਲ ਬੁੱਧੀ ਜਿਹੜੀ ਆ ਉਹ ਐਨੀਮਲ ਇੰਸਟਿੰਕਟ ਹੋ ਜਾਂਦੀ ਆ, ਪਸ਼ੂ ਬਿਰਤੀ ਬਣ ਜਾਂਦੀ ਹੈ। ਇਸ ਕਰਕੇ ਗੁਰਮੁਖੋ, ਇਸ ਨੂੰ ਗੁੱਸਾ ਨਾ ਕਰਨਾ, ਮੈਂ ਤੁਹਾਨੂੰ ਉਹ ਦੱਸ ਰਿਹਾ ਜੋ ਗੁਰਮਤ ਦਾ ਵਿੱਚ ਰਸਤਾ ਆ, ਜੋ ਗੁਰਬਾਣੀ ਕਹਿ ਰਹੀ ਆ। ਇਸ ਕਰਕੇ ਸਾਦਾ ਰਹੋ, ਸਾਦਾ ਖਾਓ। ਜਿੰਨੇ ਵੀ ਮਹਾਂਪੁਰਸ਼ ਆਤਮਦਰਸ਼ੀ ਹੁੰਦੇ ਨੇ ਉਹ ਬਹੁਤ ਘੱਟ ਖਾਂਦੇ, ਅਲਪਹਾਸ ਰੂਪ ਸੀ ਨਿੰਦਰਾ, ਉਹ ਉਹਨਾਂ ਦੇ ਵਿੱਚ ਕੁਦਰਤੀ ਗੱਲ ਹੈ ਕਿ ਖਾਣ ਨਾਲ ਤੁਹਾਡਾ ਪੇਟ ਭਰਦਾ, ਤੁਹਾਡਾ ਧਿਆਨ ਪਰਮਾਤਮਾ 'ਚ ਨਹੀਂ ਲੱਗਦਾ। ਇੱਕ ਕਹਾਣੀ ਇਸ ਜੱਗ ਦੇ ਵਿੱਚ ਕਹਾਣੀ ਆ ਸੰਤਾ ਤਸੀ ਮਹਾਰਾਜ ਦੀ। ਸੰਤਾ ਤਸੀ ਮਹਾਰਾਜ ਸਾਰਾ ਕਰ ਕਰਕੇ ਕਨੋਈ ਦੀ ਧਰਤੀ 'ਤੇ ਜਾ ਕੇ ਸਿਮਰਨ ਕਰ ਲੱਗ ਪਏ, ਬਾਕੀ ਵੀ ਜਗ੍ਹਾ ਵੀ ਸਿਮਰਨ ਕਰਦੇ ਰਹੇ ਨੇ, ਉੱਥੇ ਜੰਗਲ ਦੇ ਵਿੱਚ ਸਿਮਰਨ ਕਰ, ਉਹਨਾਂ ਨੇ ਕੱਚੀ ਕੁਟੀਆ ਪਾ ਤੀ ਉੱਥੋਂ ਦੇ ਪ੍ਰੇਮੀਆਂ ਨੇ, ਅਤੇ ਬਾਹਰ ਆਲਾ ਇੱਕ ਸੀ ਰੱਖਦਾ ਉਹਦੇ ਵਿੱਚ, ਅਤੇ ਮਹਾਰਾਜ ਵੈਸੇ ਤਾਂ ਪਹਿਲੇ ਖਾਂਦੇ ਰਹੇ ਨੇ, ਬਾਹਰ ਸਾਰਿਆਂ ਨਾਲ ਪ੍ਰੇਮ ਕਰਦੇ। ਮਹਾਰਾਜ ਨੇ ਜਪ ਤਾਂ ਕਰਨਾ ਸੀ ਸ਼ੁਰੂ, ਉਸ ਵੇਲੇ ਮਹਾਰਾਜ ਨੇ ਸਹਿ ਸਵੈਕੀ ਕੀਤਾ, ਕੁੰਡਾ ਬੰਦ ਕਰ ਲਿਆ ਔਰ ਆਪਣੀ ਚੌਕੜੀ ਮਾਰ ਲਈ ਗੁਰਮੁਖੋ। 40 ਦਿਨ ਮਹਾਰਾਜ ਨੇ ਬਿਲਕੁਲ ਕੁਛ ਨਹੀਂ ਖਾਧਾ, ਆਪਣੇ ਨਾਮ ਬਾਣ 'ਚ ਸਮਝਣ ਲੱਗੇ, ਸਰੀਰ ਸੁੱਕ ਕੇ ਪਤਲਾ ਹੋ ਗਿਆ। ਬਾਹਰ ਸੰਗਤ ਅਰਦਾਸ ਕਰਦੇ ਸੀ, ਵਹਿਵਹਿ ਕਰਦੇ, ਦਰਸ਼ਨਾਂ ਨੂੰ ਬਹੁਤ ਤਰਸਦੀ ਸੀ। ਇਹ ਜਿਹੜੀਆਂ ਵਾਈਬ੍ਰੇਸ਼ਨ ਜਿਹੜੀਆਂ ਸੀ ਸੰਗਤ ਦੀਆਂ, ਉਹ ਸਪਿਰਚੁਅਲ ਵਾਈਬ੍ਰੇਸ਼ਨ ਜਿਹੜੀਆਂ ਸੀ ਵੀ ਸੰਗਤ ਦਰਸ਼ਨ ਕਰਦੀ ਤੁਸੀਂ, ਉਹ ਸਾਂਝੀ ਮਹਾਰਾਜ ਦੇ ਹਿਰਦੇ 'ਚ ਆਏ। ਉਸ ਨੂੰ ਦੇਖ ਕੇ ਮਹਾਰਾਜ ਨੇ ਕਿਹਾ ਵੀ ਕਿਉਂ ਇਹਨਾਂ ਦਾ ਦਿਲ ਦੁਖਾਈਏ, ਇਹ ਕਹਿੰਦੇ ਨੇ ਵੀ ਮਿਲਣਾ ਆ। ਫਿਰ ਸੰਤਾਂ ਨੇ 40 ਦਿਨ ਦੇ ਬਾਅਦ ਕੁੰਡਾ ਖੋਲ੍ਹਿਆ, ਕੁੰਡਾ ਖੋਲ੍ਹਿਆ, ਸੰਗਤ ਆਈ ਅਤੇ ਉਸ ਨੇ ਦੇਖਿਆ ਸੰਗਤ ਬਿਲਕੁਲ ਸੰਜੀ ਮਹਾਰਾਜ ਦਾ ਚਿਹਰਾ 'ਤੇ ਆਉਣ ਜਲਾਲ ਨਾਲ ਦਗਦਗ ਕਰ ਰਿਹਾ ਸੀ, ਜਿਸ ਤਰ੍ਹਾਂ ਅਕਾਲ ਪੁਰਖ ਨਾਲ ਸਰੂਪ ਵੀ ਬਣ ਜਾਂਦੇ ਹੁੰਦੇ ਨੇ, ਪਰ ਸਰੀਰ ਛੁੱਕ ਕੇ ਲੱਕੜੀ ਹੋ ਗਿਆ ਬਿਲਕੁਲ। ਸਾਰੇ ਦਬਾਣ ਲੱਗਿਆ, ਕਹਿੰਦਾ ਵੀ ਇਹ ਤਾਂ ਸਰੀਰ ਕੀ ਆ, ਸਰੀਰ ਨੂੰ ਕਿਉਂ ਦਵਾਉਂਦੇ, ਮਹਾਰਾਜ ਬੜਾ ਕਮਜ਼ੋਰ ਹੈ। ਕਹਿੰਦਾ ਸਰੀਰ ਕਮਜ਼ੋਰ ਨਹੀਂ ਹੁੰਦਾ, ਕੋਈ ਨਹੀਂ ਕਮਜ਼ੋਰ, ਜੇ ਮਨ ਨਹੀਂ ਕਮਜ਼ੋਰ ਤਾਂ ਸਰੀਰ ਨਹੀਂ ਕਮਜ਼ੋਰ। ਖੈਰ ਵਿਚਾਰੇ ਉਹਨਾਂ ਨੇ ਸੇਵਾ ਸੇਵਾ ਕਰਦੇ ਰਹੇ, ਆਪਣਾ ਫਿਰ ਦਿੰਦੇ ਰਹੇ ਹਾਂਜੀ, ਅਤੇ ਸੰਜੀ ਮਹਾਰਾਜ ਦਰਸ਼ਨ ਕਰਦੇ ਰਹੇ, ਜੋ ਵੀ ਖਾਂਦੇ ਲਿਆਉਂਦੇ ਸੀ ਸੰਗਤ ਖਾ ਲੈਂਦੇ ਸੀ। ਫਿਰ ਸੰਤਾਂ ਨੇ ਕੀਤਾ ਅਤੇ ਮੈਂ ਹੁਣ ਫਿਰ 40 ਦਿਨ ਹੋਰ ਕਰਾਂ, ਮਤਲਬ ਸਾਡੇ ਲਈ ਕਰਾਂ ਸੀ, ਉਹ ਤਾਂ ਪੂਰਵ ਬ੍ਰਹਮ ਗਿਆਨ, 4 ਯੁਗ ਦਾ ਬ੍ਰਹਮ ਗਿਆਨ, ਇਹ ਜਿਹੜੀ ਜਪ ਤਪ ਕਰਦੇ ਨੇ ਮਹਾਂਪੁਰਸ਼ ਸਾਡੇ ਵਾਸਤੇ ਕਰਦੇ ਨੇ, ਅਸੀਂ ਇੱਧਰ ਪਾਸੇ ਲੱਗੀਏ। ਉਹ ਤਾਕਤ ਸਪਿਰਚੁਅਲ ਪਾਵਰ ਉਹ ਭੇਜਦੇ ਨੇ ਸਾਰੇ ਮਾਨਤਾ ਵਿੱਚ, ਤਾਂ ਜਾ ਕੇ ਉਹਨੂੰ ਕਹਿੰਦੇ ਨੇ
ਤਾਂ ਸੰਜੀ ਮਹਾਰਾਜ ਨੇ ਫਿਰ ਥੋੜ੍ਹਾ ਖਾਣਾ ਸ਼ੁਰੂ ਕਰਤਾ। ਕਰਦੇ ਕਰਦੇ ਥੋੜ੍ਹਾ ਜਿਹਾ ਕਰਦੇ ਅਤੇ ਫਿਰ ਬੀਬੀ ਮਾਈ ਜਿਹੜੀ ਆਉਂਦੀ ਹੁੰਦੀ ਸੀ ਬਰਾਈ, ਉਹ ਕਿਉਂ ਕਹਿੰਦੇ ਨੇ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ, ਕਹਿੰਦੀ ਮਹਾਰਾਜ ਤੁਸੀਂ ਥੋੜ੍ਹਾ ਖਾਣਾ ਸ਼ੁਰੂ ਤਾਂ ਹੁਣ ਫਿਰ ਚਿੱਲੀ ਸਰਸੋ ਤਰਸੋ, ਚਿੱਲੇ ਪੁੱਠੋ ਹਾਰਦੀ ਹੁੰਦੀ ਹੈ ਆਵਾਜ਼, ਚਿੱਲੇ ਸਰਸੋ ਅਤੇ ਹੁਣ ਵੀ ਤਾਪਾ ਤਪ ਕਰੋਗੇ ਤੁਸੀਂ, ਚਿੱਲੇ ਕਰੋਗੇ ਚਰੋਗੇ ਚੜੋਗੇ। ਮਹਾਰਾਜ ਮੁਸਕਰਾ ਪਏ, ਤੂੰ ਸਾਡੀ ਗੱਲ ਦੀ ਦਿਲ ਮੰਨ ਗਈ, ਹਾਂ ਹੁਣ ਚੜਾਂਗੇ। ਹੱਥ ਜੋੜ ਕੇ ਕਹਿੰਦੀ ਮਹਾਰਾਜ ਜ਼ਰੂਰ, ਇੱਕ ਬੇਨਤੀ ਮੇਰੀ ਹੈ ਕਿ ਜ਼ਰੂਰ ਖਾਇਓ ਜ਼ਰੂਰ ਕੁਝ। ਫਿਰ ਮਹਾਰਾਜ ਨੇ ਕਿਹਾ ਅੱਛਾ ਗਾ ਬੀਬੀ, ਹੋਰ ਕੁਛ ਨਾ ਮੈਨੂੰ ਕਹਿਣਾ, ਮੈਂ ਇੱਕ ਕਟੋਰਾ ਜਿਹੜਾ ਛੋਟਾ ਜਿਹਾ ਉਹਦੇ ਸਬਜ਼ੀ ਆਪਣਾ ਉਬਾਲ ਕੇ ਉਹ ਇਹ ਬਾਹਰ ਆਲੇ 'ਚ ਰੱਖ ਲੈਣਾ, ਉਹ ਤੋਂ ਅਸੀਂ ਲੱਲਾ ਕਰਕੇ ਖਾਣਾ ਕਰ। 40 ਦਿਨ ਮਹਾਰਾਜ ਨੇ ਫਿਰ ਉਹ ਛੋਟੇ ਕਟੋਰੇ ਦੀ ਸਬਜ਼ੀ ਬਿਲਕੁਲ ਕੋਈ ਘਿਓ ਨਹੀਂ, ਕੋਈ ਦੂਸਰ ਨਹੀਂ, ਕੋਈ ਨਮਕ ਨਹੀਂ, ਮਿਰਚ ਨਹੀਂ, ਉਹ ਖਾ ਕੇ ਫਿਰ ਇਹੋ ਜਿਹੇ ਜਪ ਤਪ ਕੀਤੇ ਬਾਹਰ ਮਹਾਂਪੁਰਸ਼ਾਂ ਨੇ। ਹੁਣ ਇਹ ਪਖੰਡ ਤਾਂ ਕੀਤਾ ਨਹੀਂ ਕਿਉਂਕਿ ਅਕਾਲ ਪੁਰਖ ਨਾਲ ਮਿਲਿਆ ਸੀ। ਜਦੋਂ ਤੁਹਾਡਾ ਸੁਰਤ ਜਿਹੜੀ ਆ ਪਰਮਾਤਮਾ 'ਚ ਮਿਲ ਜਾਏ, ਬਾਣੀ 'ਚ ਮਿਲ ਜਾਏ, ਤੁਹਾਨੂੰ ਨਾ ਭੁੱਖਿਆ ਨਾ ਦੁੱਖਿਆ ਨਾ ਹੀ ਕੋਈ ਹੋਰ ਤਕਲੀਫ ਆ। ਅਤੇ ਗੁਰਮੁਖ ਇਹ ਤਕਲੀਫ ਮਨ ਨੂੰ ਆ, ਮਨ ਵੇਚੇ ਸਤਿਗੁਰ ਕੇ ਪਾਸ ਅਤੇ ਸੇਵ ਕੇ ਕਾਰਜ। ਮਨ ਨੂੰ ਹੈ ਸਵਾਦ, ਸਵਾਦ ਹੀ ਮਨ ਨੂੰ ਲੱਗਦਾ, ਖਾਣਾ ਪੀਣਾ ਮਨ ਨੂੰ, ਆਤਮਾ ਨੂੰ ਕੋਈ ਨਹੀਂ ਦੁੱਖ, ਨਾ ਆਤਮਾ ਖਾਂਦੀ ਆ ਨਾ ਪੀਂਦੀ ਆ, ਨਾ ਉਹਨੂੰ ਸਵਾਦ ਆ ਨਾ ਕੁਛ ਆ, ਉਹ ਪਰਮਾਤਮਾ ਦਾ ਰੂਪ ਆ ਅਤੇ ਪਰਮਾਤਮਾ ਕੋਈ ਖਾਣਾ ਖਾਂਦਾ। ਇਸ ਕਰਕੇ ਗੁਰਮੁਖ ਇਸ ਜਿਹੜੀ ਆ ਸਾਡੀ ਆਪਣੀ ਮਨ ਦੀ ਅਵਸਥਾ, ਜੇ ਮਨ ਜਦੋਂ ਪਰਮਾਤਮਾ ਨਾਲ ਜੁੜ ਜਾਏ ਅੰਦਰ ਤਾਂ ਸਭ ਕੁਛ ਸਾਡਾ ਠੀਕ ਹੋ ਜਾਂਦਾ ਬਿਲਕੁਲ, ਨਾ ਭੁੱਖ ਹੈ ਨਾ ਉਹਦੇ 'ਚ ਦੁੱਖ ਆ, ਨਾ ਕੋਈ ਉਹਨੂੰ ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਇਹ ਅਵਸਥਾ ਆ ਜੀ।